ओ जी बाबे दे विआह दीआं तैयारियां हो गईआं वा, बराती तैयार हो जाओ। आ रंजीत बाबा दा जिहड़ा जद्दी पिंड आ, बहुत ही वड्डी सति श्री अकाल जी। अज आप चले हाँ बटाले, बटाले जाके वेखने भी अं की कुछ उत्थे करनी आ, ते अहीं चले हाँ पता करना, कहदा पता करना वा, कंप्रैसर दा, कंप्रैसर ते वैक्यूम दा, क्योंकि जिहड़ा साडे मास्टर जी खोल रहे अपना वाशिंग सेंटर, उत्थे वो चीज़ां लाउणियां वा, ते बंदा साडे कोल आ जाणा उहदे पर समान साडे कोल हैनी आ। हुण आपां जाणे आ बहुत ही खूबसूरत शहर दे विचों दी लंघ के, जिहनूं अहीं धारीवाल कहिंदे आ, आह वेखो इहदी खूबसूरती। ਆਪਾਂ ਖੜੇ ਹਾਂ ਜੀ ਪੰਜਾਬ ਜਿਹੜਾ ਸਟੋਰ ਆ ਬਟਾਲੇ, ਉਸ ਨੂੰ ਆਪਾਂ ਕੰਪਰੈਸਰ ਵੱਡਾ ਕੰਪਰੈਸਰ ਅਵੇਲੇਬਲ ਨਹੀਂ ਆ, ਪਰ ਜਿਹੜਾ ਛੋਟਾ ਕੰਪਰੈਸਰ ਉਹ ਹੈਗਾ ਵਾ, ਅਤੇ ਵੱਡਾ ਕੰਪਰੈਸਰ ਦਾ ਪਤਾ ਕੀਤਾ ਵਾ 17-18 ਹਜ਼ਾਰ ਦਾ ਵਾ, ਅਤੇ ਵੈਕਿਊਮ ਇਹਨਾਂ ਕੋਲ ਮਿਲ ਜੂਗਾ, ਅਤੇ ਹੋਰ ਬਾਕੀ ਸਮਾਨ ਨਿੱਕਾ ਮੋਟਾ ਮਿਲ ਜੂਗਾ। ਹੁਣ ਆਪਾਂ ਸਾਨੂੰ ਲੱਗ ਗਈ ਹੈ ਭੁੱਖ, ਅਸੀਂ ਕੋਈ ਖਾਣ ਪੀਣ ਲੱਗੇ ਹਾਂ। ਇੱਕ ਸੱਚ ਮੈਂ ਅਡੈਪਟਰ ਮੰਗਾਇਆ ਤਾਂ ਉਹਦਾ ਮਾਈਕ ਜਿਹੜਾ ਵਾ 2 ਰਿੰਗ ਵਾਲਾ ਲੈਣਾ ਪਤਾ ਕਰਦਾ ਵਾ, ਉਹ ਆਪਾਂ ਬਟਾਲੇ ਵੱਲ ਜਿਓ ਪਤਾ ਕਰੀਏ, ਅਤੇ ਫਿਰ ਆਪਾਂ ਅਗਲਾ ਪ੍ਰੋਗਰਾਮ ਵੇਖਦੇ ਹਾਂ। ਪੰਘੂੜੇ ਲੱਗ ਗਏ ਆ, ਲਓ ਜੀ ਬਾਬੇ ਦੇ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਵਾ, ਬਰਾਤੀ ਤਿਆਰ ਹੋ ਜਾਓ। ਆਹ ਵੇਖੋ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਵਾ ਜ਼ਬਰਦਸਤ ਤਰੀਕੇ ਨਾਲ, ਪਰ ਨਹੀਂ ਜੀ ਕਿਹਦਾ ਮੇਰਾ ਰੂੜ ਭੰਗ ਕਰਨ। ਨਾ 2 ਰਿੰਗ ਦਾ ਮਾਈਕ ਮਿਲ ਤੇ ਗਿਆ ਵਾ, ਪਰ ਉਹਦੇ 'ਚ ਨੋਇਸ ਕੈਂਸਲੇਸ਼ਨ ਦਾ ਫੀਚਰ ਨਹੀਂ ਆ। ਹੁਣ ਉਹਨੂੰ ਚਲਾ ਕੇ ਵੇਖਾਂਗੇ ਕਿ ਅਡੈਪਟਰ ਕੰਮ ਕਰਦਾ ਕਿ ਨਹੀਂ ਕਰਦਾ, ਜੇ ਅਡੈਪਟਰ ਕੰਮ ਨਹੀਂ ਕਰੂਗਾ ਤਾਂ ਉਹਨੂੰ ਰਿਪਲੇਸ ਕਰਾਵਾਂਗੇ, ਹਟਾਵਾਂਗੇ। ਹੁਣ ਅੱਗੇ ਚੱਲੀਏ, ਕਿੱਥੇ ਜਾਣਾ ਵਾ, ਰੰਗ ਲੈਣ ਤੇਲ ਦੇ ਬੇਟੇ। ਇਹ ਅਲਮਾਰੀਆਂ ਨੂੰ ਬਾਹਰ ਇਹੋ ਹੀ ਮਾਰੋ ਨੇ ਆਪਾਂ, ਨਹੀਂ ਵਧੀਆ ਦੇਣਾ ਹੈ ਨਾ। ਹਾਂਜੀ ਹੁਣ ਕੈਲਾਸ਼ ਪੇਂਟ ਸਟੋਰ ਜਿਹੜੇ ਅੰਮ੍ਰਿਤਸਰ ਦੇ ਆ, ਅੰਮ੍ਰਿਤਸਰ ਦੇ ਨਾ ਸਾਰਾ ਪੇਂਟ ਇੱਥੇ ਬਣਾਉਂਦੇ ਆ ਬਟਾਲੇ, ਉੱਥੋਂ ਸਾਡੇ ਅਲਮਾਰੀਆਂ ਦਾ ਸਾਰਾ ਜਿਹੜਾ ਥੱਲੇ ਰੰਗ ਕੰਮ ਚੱਲਦਾ ਵਾ ਉਹ ਪੇਂਟ ਜਾਂਦਾ ਵਾ, ਪੇਂਟ ਆਪਾਂ ਲੈ ਲਿਆ ਵਾ, ਅਤੇ ਇਹ ਵੀਰ ਜੀ ਉੱਥੇ ਕੰਮ ਕਰਦੇ ਆ, ਅਤੇ ਮੈਂ ਤਾਂ ਇਹਨਾਂ ਨੂੰ ਵੀਡੀਓ ਵਿੱਚ ਲਿਆਉਂਦਾ ਵਾ ਵੀ ਮੈਂ ਗੱਡੀ ਲਾਉਂਦਾ ਰਿਹਾ ਵਾਂ, ਇਸ ਤੋਂ 2 ਕਿਲੋਮੀਟਰ ਦੂਰ ਟ੍ਰੈਫਿਕ ਕਰਕੇ ਰਸ਼ ਕਰਕੇ, ਅਤੇ ਸਕੂਟਰ 'ਤੇ ਭਾਵੇਂ 2 ਗੇੜੇ ਵਜਣ ਭਾਵੇਂ 3 ਗੇੜੇ ਵਜਣ, ਪਰ ਸਮਾਨ ਛੱਡ ਆਉਂਦੇ ਰਹੇ ਆ। ਇੱਕ ਜਿਹੜਾ ਨਤੇਜ ਗੁੱਗੂ ਦਾ ਹੋਸਪਿਟਲ ਆ ਨਾ, ਉਹਦੇ ਬਿਲਕੁਲ ਲਾਗੇ ਇੱਕ ਪਾਰਕ ਆ, ਇੱਕ ਸਮਾਰਕ ਬਣੀ ਆ, ਜਿਹਨੂੰ 1958 ਵਿੱਚ ਜਿਹੜੀ ਹੈ ਨਾ ਨੈਸ਼ਨਲ
ਜਿਹੜੀ ਹੁੰਦੀ ਆ ਬਿਲਡਿੰਗ ਜਿੱਦਾਂ ਕਹਿ ਸਕਦੇ ਹਾਂ ਨੈਸ਼ਨਲ ਇਮਾਰਤ ਦਾ ਖਿਤਾਬ ਮਿਲਿਆ ਹੋਇਆ ਵਾ ਅਤੇ ਆਓ ਉਹਦੀਆਂ ਥੋੜ੍ਹੀਆਂ ਜਿਹੀਆਂ ਝਲਕੀਆਂ ਆਪਾਂ ਵੇਖਦੇ ਹਾਂ। ਪਹਿਲਾਂ ਵੇਖ ਰਹੇ ਆਏ ਉਦੋਂ ਇਹ ਬੰਦ ਸੀ, ਕਹਿੰਦਾ ਹੁਣ ਸਾਰਾ ਇਹਦਾ ਆਲਾ ਦੁਆਲਾ ਵੇਖੋ, ਮੇਰੇ ਪਿੱਛੇ ਤੁਸੀਂ ਵੇਖ ਸਕਦੇ, ਸਾਈਡਾਂ ਵੇਖ ਸਕਦੇ ਜੀ, ਤੁਹਾਨੂੰ ਅੱਗੇ ਹੁਣ ਬਿਲਡਿੰਗ ਦੀ ਲਾਗੋਂ ਸਿਨੇਮੈਟਿਕ ਸ਼ੋਟ ਕਰਨਾ। ਇਹ ਬਿਲਡਿੰਗ ਦਾ ਇਤਿਹਾਸ ਦੱਸਣ ਲੱਗਾ, ਇਹ ਜਿਹੜਾ ਡੱਬਾ ਲੈ ਕੇ ਰੰਗ ਵਾਲਾ ਉਹਦਾ ਇਤਿਹਾਸ ਦੱਸਣ ਲੱਗਾ। ਫਿਰ ਜਿਹੜੀਆਂ ਬਿਲਡਿੰਗ ਸਾਂਭੀ ਜਾ ਸਕਦੀ ਆ, ਹੋਰ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਜਾ ਸਕਦਾ ਵਾ। ਆਓ ਹੁਣ ਅੰਦਰ ਜਾ ਕੇ ਵੇਖੀਏ ਡੱਬਾ ਕਿਆ ਹੁੰਦਾ, ਅੰਦਰ ਵੇਖੋ ਤੁਸੀਂ ਮੇਰੇ ਨਾਲ ਨਾਲ ਹੀ ਆਓ। ਬੜੀ ਵਧੀਆ ਮੀਨਾਕਾਰੀ ਹੈ ਜੀ, ਸਾਰੀ ਬਿਲਡਿੰਗ ਮੇਰੇ ਮਗਰ ਤੁਹਾਨੂੰ ਦਿਖਦੀ ਹੋਣੀ ਆ, ਇੱਕ ਵਾਰੀ ਝਾਤੀ ਮਾਰੂ। ਉਰਦੂ ਭਾਸ਼ਾ ਵਿੱਚ ਨਾ ਕੁਝ ਲਿਖਿਆ ਵਾ, ਉਹ ਮੈਨੂੰ ਤਾਂ ਪੜ੍ਹਨਾ ਆਉਂਦਾ ਨਹੀਂ, ਜਿਹਨੂੰ ਪੜ੍ਹਨਾ ਆਉਂਦਾ ਜੇ ਕੋਈ ਉਰਦੂ ਜਾਣਦਾ ਤੇ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਿਓ ਸਾਨੂੰ ਦੱਸਿਓ। ਆਹ ਜਿਹੜਾ ਗੇਟ ਦੇ ਉੱਤੇ ਬਣਿਆ ਨਾ 3D ਵਰਕ ਜਿਹਾ, ਇਹ ਬੜਾ ਵਧੀਆ। ਤਾਂ ਮੈਂ ਇਹਦੇ 'ਤੇ ਤਾਂ ਚੜ੍ਹ ਕੇ ਇੱਕ ਵਾਰੀ ਵਿਊ ਦੇਵਾਂ। ਹਾਂ ਮੈਂ ਆ ਗਿਆ ਇਹਦੇ ਟੌਪ 'ਤੇ, ਹੋਰ ਕੋਈ ਜ਼ਿਆਦਾ ਇਨਫੋਰਮੇਸ਼ਨ ਨਹੀਂ ਲਿਖੀ, ਬਾਹਰ ਪਾਸ ਇਹੋ ਹੀ ਲਿਖਿਆ ਵਾ ਕਿ ਇਹ ਇੱਕ ਹਿਸਟੋਰੀਕਲ ਬਿਲਡਿੰਗ ਆ ਜਿਹਨੂੰ 1958 ਵਿੱਚ ਖਿਤਾਬ ਮਿਲਿਆ ਵਾ ਨੈਸ਼ਨਲ ਬਿਲਡਿੰਗ ਦਾ। ਇਹਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਨੁਕਸਾਨ ਪਹੁੰਚਾਉਣ ਵਾਲੇ ਨੂੰ ਜੇਲ੍ਹ, ਜੁਰਮਾਨਾ ਜਾਂ ਦੋਵੇਂ ਹੀ ਹੋ ਜਾਣਗੇ। ਬਸ ਇਹੋ ਜਾਣਕਾਰੀ ਮਿਲਦੀ ਆ। ਇੱਕ ਉਹ ਸਾਹਮਣੇ ਬਿਲਡਿੰਗ ਦੇ ਨਾ ਇੱਕ ਬੋਰਡ ਜਿਹਾ ਵਾ, ਮੈਂ ਲਾਗੇ ਜਾ ਕੇ ਤੁਹਾਨੂੰ ਇੱਕ ਵਾਰੀ ਜ਼ੂਮ ਫੋਟੋ ਦੇ ਦਿੰਦਾ ਵਾ ਅਤੇ ਹੁਣ ਦੋ ਚਾਰ ਫੋਟੋ ਖਿੱਚ ਲਈਏ, ਫਿਰ ਮਿਲਣਾ ਇੱਥੇ। ਰਾਜਾ ਆਇਆ ਸੀ ਉਦੋਂ ਤੇ ਉਹਨਾਂ ਦੇ ਰਹੀਆਂ ਹੋਣੀਆਂ ਅੰਡਰ, ਤੇ ਆ ਜਿਹੜੀਆਂ ਇੰਨੀਆਂ ਕਬਰਾਂ ਵਾ ਇਹ ਕੋਈ ਜਿਹੜਾ ਪਹਿਲਾਂ ਰਹਿੰਦਾ ਹੋਣਾ ਜਾਂ ਫਿਰ ਉਹਦੀਆਂ ਹੋਣੀਆਂ ਕਬਰਾਂ ਤੇ ਇੰਨੀਆਂ ਬਣ ਸਕਦੀਆਂ ਮਹਾਰਾਜ ਜਿਸ ਟਾਈਮ ਤੇ। ਸ਼ਮਸ਼ੇਰ ਖਾਨ ਦੀ ਸਮਾਧੀ ਆ, ਸ਼ਮਸ਼ੇਰ ਖਾਨ ਅਕਬਰ ਦੇ ਸਮੇਂ ਬਣੀ ਸੀ, ਮਾਨਿਕਪੁਰ ਦਾ ਫੌਜ ਦਾ ਉਹਦੇ ਪਰਿਵਾਰ ਦੀਆਂ ਸਾਰੀਆਂ ਕਬਰਾਂ ਸ਼ਮਸ਼ੇਰ ਖਾਨ। ਅੱਛਾ ਇਹ ਜਿਹੜਾ ਬੋਰਡ ਲਿਖਿਆ ਹੋਣਾ ਜਿਹੜਾ ਸ਼ਮਸ਼ੇਰ ਖਾਨ ਹੀ ਆ,
ਇਹ ਸਾਰੀਆਂ ਕਬਰਾਂ ਉਹਦੇ ਪਰਿਵਾਰ ਦੀਆਂ ਹੀ ਆ। ਚਲੀਏ ਸ਼ਮਸ਼ੇਰ ਖਾਨ ਉਹਦੇ ਪਰਿਵਾਰ ਦੀਆਂ ਵਾ। ਚਲੋ ਪਾਰਕ ਵੀ ਅਸੀਂ ਕੱਢਤੀ ਆ, ਲੰਘਦੇ ਲੰਘਦਿਆਂ ਹੁਣ ਸਾਡੀ ਅੰਡਲਾ ਮੰਜ਼ਲ ਆ ਮੱਤਾ ਪੀਣਾ। ਸੋਡਾ ਪੀ ਕੇ ਆਪਾਂ ਹੁਣ ਕਾਦੀਆਂ ਰੋਡ 'ਤੇ ਸਾਡਾ ਕੇ ਜਾ ਰਿਹਾ, ਉਹਦੇ ਤੋਂ ਸੋਡਾ ਪੀ ਕੇ ਹੁਣ ਬਟਾਲੇ ਤੋਂ ਘਰ ਜਾਵਾਂਗੇ। ਵਾਇਆ ਗ੍ਰੰਥੀਆਂ ਬਟਾਲਾ ਗ੍ਰੰਥੀਆਂ ਜਿਹੜਾ ਕਿ ਰਣਜੀਤ ਬਾਬਾ ਦਾ ਹੋਮ ਟਾਊਨ ਆ, ਉੱਥੋਂ ਆਪਾਂ ਹੋ ਕੇ ਜਾਵਾਂਗੇ। ਅਤੇ ਆਹ ਸੱਚ ਬੋਰਡ ਵੀ ਲੱਭ ਗਿਆ ਜਦੋਂ, ਆਹ ਵੀ ਵੇਖ ਲਓ ਅਸੀਂ ਕਿੱਥੇ। ਆ ਗਿਆ ਸਾਡਾ ਟੂਟੀ ਫਰੂਟੀ ਫਲੇਵਰ, ਹੁਣ ਆਪਾਂ ਆ ਗਏ ਹਾਂ ਜੀ ਰਣਜੀਤ ਬਾਬਾ ਦਾ ਜਿਹੜਾ ਜੱਦੀ ਪਿੰਡ ਆ ਬਟਾਲਾ ਗ੍ਰੰਥੀਆਂ, ਪਿੰਡ ਨਹੀਂ ਕਹਿ ਸਕਦੇ ਸ਼ਹਿਰ ਹੀ ਕਹਿ ਸਕਦੇ ਹਾਂ। ਹੁਣ ਵੇਖੋ ਬਟਾਲਾ ਗ੍ਰੰਥੀਆਂ ਦਾ ਆਲਾ ਦੁਆਲਾ ਡਰਾਈਵਰ ਚੇਂਜ। ਹੁਣ ਮੈਂ ਆ ਗਿਆ ਜੀ ਮਾਸਟਰ ਇੰਦਰਜੀਤ ਸ਼ਰਮਾ ਦੇ ਸਕੂਲ ਸਿੱਧਵਾਂ। ਇੱਥੇ ਨਾ ਤੁਹਾਨੂੰ ਯਾਦ ਹੈ ਵੀ ਇੱਥੇ ਹੀ ਇੱਕ ਇਹਨੂੰ ਪੌਦੇ ਨੂੰ ਖੜਾ ਕੀਤਾ ਸੀ, ਡਿੱਗ ਗਿਆ ਸੀ ਘੋਨਾ, ਇਹ ਕਹੀਂ ਧਰੇਕ ਜਿਹੜੀ ਡਿੱਗ ਗਈ ਸੀ ਹਵਾ ਨਾਲ, ਉਹਨੂੰ ਉੱਥੋਂ ਜੜ ਸਮੇਤ ਪੁੱਟ ਕੇ ਅਤੇ ਇੱਥੇ ਇਹਨੂੰ ਟਰਾਂਸਪਲਾਂਟ ਕੀਤਾ ਸੀ ਆਹ ਜਗ੍ਹਾ 'ਤੇ। ਵੇਖੋ ਐਡੀ ਵੱਡੀ ਧਰੇਕ ਆ, ਰੁੱਖ ਟਾਈਪ ਆ ਅਤੇ ਉਹਦੇ ਪੱਤੇ ਆ ਗਏ ਆ। ਠੀਕ ਆ ਜੀ, ਰੁੱਖ ਨੂੰ ਐਡੀ ਵੱਡੀ ਤਰੀ ਨੂੰ ਬਚਾਇਆ ਗਿਆ, ਹਵਾ ਨੇ ਡੇਕਤਾ ਸੀ ਜੜ੍ਹਾਂ ਸਮੇਤ। ਆਹ ਵੇਖੋ ਆਹ ਜਿਹੜਾ ਨਾ ਆਹ ਦੋ ਰਿੰਗ ਵਾਲਾ ਵਾ,
माइक तो जो मैं मेरे को घर जिन्हें पे वे तीन रिंग होंगे आ तिना रिंगा की समस्या ये पैन रही ही कि वो जी अडैप्टर है ना वो आवाज़ नहीं आन दी गोप्रो की तो हूँ मैं आ दो रिंगा लिया वा ये जाकर ट्राई करना भी आवाज़ आँदी है कि नहीं आँगी जे आवाज़ फिर ना आई फिर मैं अडैप्टर वापस करना पैना अडैप्टर प्रॉब्लम मैं मनागा भी वो प्रॉब्लम है। सो ये अजे अंडर कंस्ट्रक्शन आ एजुकेशन पार्क ये मूवेबल बन गया साडा सोलर सिस्टम डी एन ए का मॉडल तो आ जी पौन चक्की जी पक्का ढंग वधिया काम किया वा मेरी वीडियो जे वीडियो चंगी लगे तो चैनल में लाइक शेयर तो सबसक्राइब करो मिलता तुम मैं होर किसी नवी जी वीडियो ना मिलते सारे प्यार सत श्रीकाल हसते रहो वसते रहो जिंदा दिन आप जिंदगी जिंदे रहो जी टाओ ना रहो जी तो किसी का दिल ना दिखाओ जी तो अपने दिल दियां मानो जी सत श्रीकाल मिलने सारे जी।